ਫਗਵਾੜਾ ਨਜ਼ਦੀਕ ਪਿੰਡ ਅਠੌਲੀ ਦੇ ਗੁਰਦੁਆਰਾ ਭਾਈ ਦੇਸੂ ਵਿਖੇ ਸਮੂਹ ਸੰਗਤਾਂ ਵੱਲੋਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਤੋਂ ਇਲਾਵਾ ਬਾਬਾ ਮੋਤੀ ਰਾਮ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਸਫਰੇ ਸ਼ਹਾਦਤ ਗੁਰਮਤ ਸਮਾਗਮ 22 ਦਸੰਬਰ ਤੋਂ 29 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀ ਆਰੰਭਤਾ ਮੌਕੇ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 30 ਦਸੰਬਰ ਨੂੰ ਭਾਈ ਸੈਣ ਭਗਤ ਜੀ ਦਾ ਜਨਮ ਦਿਨ ਅਤੇ ਮਿਤੀ 1 ਜਨਵਰੀ ਨੂੰ ਨਵੇਂ ਸਾਲ ਦੀ ਖੁਸ਼ੀ ਵਿੱਚ ਵੀ ਸਮਾਗਮ ਕਰਵਾਏ ਜਾਣਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪਰਿਵਾਰ ਹੋਵੇਗਾ ਜਦੋਂ ਗੁਰੂ ਦੀ ਆਗਿਆ ਦੇ ਵਿੱਚ ਤੇ ਸਾਧ ਸੰਗਤ ਹੁਣ ਇਸ ਸੋਚ ਨੂੰ ਖਤਮ ਕਰਨ ਵਾਸਤੇ 8 ਮਹੀਨੇ ਦਾ ਘੇਰਾ ਕੱਤਿਆ ਗਿਆ। ਸੁਰਤ ਨੂੰ ਬਿਲਕੁਲ ਆਨੰਦ ਪ੍ਰਸਾਦ ਵਿੱਚ ਰੱਖੋ ਜੀ। ਜਦੋਂ 8 ਮਹੀਨੇ ਦਾ ਘੇਰਾ ਕੱਤਿਆ ਗਿਆ ਤੇ ਉਸ ਵਕਤ ਸਾਧ ਸੰਗਤ ਹੋਇਆ ਕਿ ਰਾਜਿਆਂ ਨੂੰ ਪਤਾ ਸੀ ਕਿ ਆਪਾਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲੋਂ ਕਈ ਵਾਰੀ ਮਾਰ ਖਾ ਚੁੱਕੇ, ਹੁਣ ਆਪਾਂ ਲੜਨਾ ਨਹੀਂ ਹੈ। ਤੇ ਸਾਧ ਸੰਗਤ ਇਹੀ ਰਾਜੇ ਦੱਖਣ ਦੇ ਵਿੱਚ ਔਰੰਗਜ਼ੇਬ ਦੇ ਕੋਲ ਗਏ ਸੀ ਤੇ ਜਾ ਕੇ ਆਖਣ ਲੱਗੇ ਸੀ, ਕਹਿੰਦੇ ਬਾਦਸ਼ਾਹ ਜੀ ਆਪਾਂ ਤੁਹਾਡਾ ਟੈਕਸ ਨਹੀਂ ਭਰ ਸਕਦੇ ਹਾਂ, ਕਿਉਂ ਇਹ ਤੁਸੀਂ ਫੈਸਲਾ ਕਰਨਾ, ਟੈਕਸ ਆਪਾਂ ਤੁਹਾਨੂੰ ਦਈਏ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਈਏ। ਜਦਕਿ ਉਹ ਟੈਕਸ ਪਾਤਸ਼ਾਹ ਦਿੰਦੇ ਨਹੀਂ ਸੀ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਦੇ ਟੈਕਸ ਨਹੀਂ ਲਿਆ ਰਾਜਿਆਂ ਕੋਲੋਂ, ਪਰ ਉਹ ਆਖਣ ਲੱਗੇ ਵੀ ਜੇ ਤੁਹਾਡੀ ਆ ਸਲਤਨਤ ਖਤਮ ਹੋ ਗਈ, ਸਭ ਕੁਝ ਖਤਮ ਹੋ ਗਿਆ, ਫਿਰ ਯਾਦ ਰੱਖੋ ਟੈਕਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਜਾਵੇਗਾ ਤੇ ਇਸ ਕਰਕੇ ਤੁਹਾਡੇ ਕੋਲ ਵਕਤ ਹੈ ਉਸ ਸੋਚ ਨੂੰ ਰੋਕਣ ਦਾ, ਉਸ ਜਿਹੜੀ ਉੱਭਰਦੀ ਹੋਈ ਸੋਚ ਹੈ ਜਿਹੜੀ ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਰਹੀ ਹੈ। ਤੇ ਜਿਹੜੇ ਸਾਧ ਸੰਗਤ ਜਿਹਨੂੰ ਲੋਕ ਆਖਦੇ ਸੀ ਨਾ ਵੀ ਸ਼ੂਦਰ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਸਾਧ ਸੰਗਤ ਆਪਣੇ ਸੀਨੇ ਦਾ ਨਾਲ ਲੈ ਲਿਆ।